ਇਦਾਂ ਚੰਦਾ ਜਦੋਂ ਉਹਨੇ ਦੇਖਣ ਵਾਲੇ ਆਏ ਕੁੜੀ ਐਡੀ ਮੋਟੀ ਸੀ ਇਹਦੇ ਨਾਲ ਡਬਲ ਟ੍ਰਿਪਲ ਇਹ ਕੁੜੀ ਦੇ ਪਿਓ ਨੂੰ ਕਹਿੰਦਾ ਅੰਕਲ ਜੀ ਤੁਸੀਂ ਬਹੁਤ ਵਧੀਆ ਬੰਦੇ ਹੋ ਤੁਹਾਡਾ ਖਾਨਦਾਨ ਵੀ ਬਹੁਤ ਵਧੀਆ ਪਰ ਤੁਹਾਡੀ ਕੁੜੀ ਬਹੁਤ ਜ਼ਿਆਦਾ ਮੋਟੀ ਹੈ ਮੇਰੇ ਇਕੱਲੇ ਵਾਸਤੇ ਜ਼ਿਆਦਾ ਤੇ ਜਦੋਂ ਇਹਨੂੰ ਦੇਖਣ ਵਾਸਤੇ ਆਏ ਦੇਖ ਕੇ ਜਾਣ ਲੱਗੇ ਇਹਦਾ ਪਿਓ ਕਹਿੰਦਾ ਜੀ ਮੁੰਡਾ ਵੇਖ ਲਿਆ ਜੀ ਕਹਿੰਦੇ ਹਾਂਜੀ ਅਸੀਂ ਤਾਂ ਵੇਖ ਲਿਆ ਹੁਣ ਕਿਸੇ ਡਾਕਟਰ ਨੂੰ ਦਿਖਾਓ ਨਾ ਸੁਣ ਲਓ ਇਹਨੂੰ ਫੇਰ ਵੇਖਣ ਵਾਲੇ ਆ ਗਏ ਜਿਹੜੇ ਵੇਖਣ ਵਾਲੇ ਆਏ ਸੀ ਉਹਨਾਂ ਦੇ ਘਰੇ ਸੀ ਤਿੰਨ ਕੁੜੀਆਂ ਕੁੜੀ ਦਾ ਪਿਓ ਕਹਿੰਦਾ ਜੀ ਦੇਖੋ ਕਾਕਾ ਜੀ ਜਿਹੜੀ ਆਪਣੀ ਸਭ ਤੋਂ ਵੱਡੀ ਕੁੜੀ ਆ ਜੀ 25 ਸਾਲ ਦੀ ਉਹਨੂੰ ਆਪਾਂ 25 ਲੱਖ ਰੁਪਏ ਦਾਜ ਦੇਣਾ ਜਿਹੜੀ 24 ਸਾਲ ਦੀ ਉਹਨੂੰ ਆਪਾਂ 24 ਲੱਖ ਰੁਪਏ ਦਾਜ ਦੇਣਾ ਜਿਹੜੀ 23 ਸਾਲ ਦੀ ਉਹਨੂੰ ਆਪਾਂ 23 ਲੱਖ ਰੁਪਏ ਦਾਜ ਦੇਣਾ ਇਹ ਅੱਗੋਂ ਬਨਾਸ ਮਾਰ ਕੇ ਕਹਿੰਦਾ ਅੰਕਲ ਜੀ ਆਪਣੇ ਘਰੇ ਕੋਈ 50 ਸਾਲ ਦੀ ਕੁੜੀ ਹੈ ਨਹੀਂ ਜੀ ਉਹ ਵੱਡਾ ਬਹਾਦਰ ਬਣਦਾ ਤੂੰ ਸਾਡੇ ਖਾਨਦਾਨ ਨੂੰ ਜਾਣਦਾ ਨਹੀਂ ਅੱਛਾ ਸਾਡੇ ਖਾਨਦਾਨ ਦੇ ਕਿੱਸੇ ਨਹੀਂ ਸੁਣੇ ਤੂੰ ਲੈ ਸੁਣਾ ਇੱਕ ਵਾਰੀ ਦੀ ਗੱਲ ਹੈ ਇੱਕ ਸ਼ੇਰ ਆ ਗਿਆ ਲੈ ਸ਼ੇਰ ਦੇ ਨਾਲ ਇੱਕ ਕੁੱਤਾ ਵੀ ਆ ਗਿਆ ਲੈ ਲੈ ਪਿੰਡ ਵਾਲੇ ਡਰ ਗਏ ਅੱਛਾ ਮੈਂ ਕਿਹਾ ਡਰੋ ਨਾ ਡਰਨ ਦੀ ਕੋਈ ਲੋੜ ਨਹੀਂ ਮੈਂ ਦਨਾਲੀ ਚੱਕੀ ਕਰਾਂ ਅੱਛਾ ਮੈਂ ਸ਼ੇਰ ਦੇ ਪਿੱਛੇ ਪਿੱਛੇ ਅੱਛਾ ਕਦੇ ਸ਼ੇਰ ਅੱਗੇ ਕਦੇ ਕੁੱਤਾ ਪਿੱਛੇ ਕਦੇ ਮੈਂ ਪਿੱਛੇ ਕਦੇ ਸ਼ੇਰ ਅੱਗੇ ਅੱਛਾ ਮੈਂ ਜਾਂਦੇ ਜਾਂਦੇ ਨੇ ਗੋਲੀ ਮਾਰੀ ਮੈਂ ਕਿਹਾ ਕੁੱਤੇ ਨੂੰ ਬਾਅਦ ਚ ਮਾਰਾਂਗੇ ਪਹਿਲਾਂ ਸ਼ੇਰ ਨੂੰ ਮਾਰੀ ਠਾ ਸ਼ੇਰ ਮਾਰਤਾ ਜੁੱਤੀਆਂ ਲਾ ਲੋ ਤੇ ਭੱਜ ਲੋ ਇੱਕ ਵਾਰੀ ਸਾਡੇ ਪਿੰਡ ਚ ਵੀ ਐਸੇ ਤਰ੍ਹਾਂ ਹੋਇਆ ਸੀ ਪੰਜ ਛੇ ਹਾਥੀ ਆ ਗਏ ਪੰਜ ਛੇ ਸ਼ੇਰ ਆ ਗਏ ਪੰਜ ਛੇ ਤੇਰੇ ਵਰਗੇ ਕੁੱਤੇ ਆ ਗਏ ਪੰਜ ਛੇ ਬਸ਼ੀਰ ਵਰਗੇ ਗਿੱਦੜ ਆ ਗਏ ਪਿੰਡ ਵਾਲੇ ਲੋਕ ਘਬਰਾ ਗਏ ਮੈਂ ਕਿਹਾ ਘਬਰਾਉਣ ਦੀ ਲੋੜ ਨਹੀਂ ਉਹ ਮੈਂ ਪਿੰਡ ਦੇ ਸਾਰੇ ਨਿਆਣੇ ਇਕੱਠੇ ਕਰੇ ਮੈਂ ਕਿਹਾ ਆਓ ਤੁਹਾਨੂੰ ਸਰਕਸ ਦਿਖਾ ਕੇ ਲਿਆਵਾਂ ਲੈ ਸੁਣ ਫਿਰ ਇਹ ਤਾਂ ਜਮਾਂ ਹੀ ਕੋਈ ਕੁਰਬਾਨੀ ਨਹੀਂ ਜਮਾਂ ਕੋਈ ਬਹਾਦਰੀ ਵਾਲੀ ਗੱਲ ਨਹੀਂ ਇੱਕ ਵਾਰੀ ਸ਼ੇਰ ਦੇ ਪਿੱਛੇ ਮੈਂ ਭੱਜ ਲਿਆ ਅੱਛਾ ਸ਼ੇਰ ਮੂਰੇ ਮੂਰੇ ਮਾਂ ਮਗਰ ਮਗਰ ਬਾਪ ਸਿੰਨੀ ਜਮਾਂ ਆ ਮੇਰੇ ਕੋਲ ਰਬੜ ਲੈਨਮੈਂਟ ਬਣਾ ਲਈ ਪੂਰੀ ਮੈਂ ਪੂਰੀ ਲੈਨਮੈਂਟ ਬਣਾ ਕੇ ਤਿੰਨ ਫੈਰ ਕੀਤੇ ਠਾ 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 ਅੱਛਾ ਵੇ ਸ਼ੇਰ ਮਰ ਗਿਆ ਨਾ ਹਾਂ ਫੈਰ ਮੂੰਹ ਨਾ ਕੀਤੇ